ਡੀਐਸਪੀ ਸਾਹਿਬ ਨੇ ਸਾਨੂੰ ਆਲਰੇਡੀ ਜਿਹੜੀਆਂ ਹਦਾਇਤਾਂ ਗਈਆਂ, ਸਾਡੀ ਜਿਹੜੀ ਰੂਟੀਨ ਡਿਊਟੀ ਚੱਲਦੀ ਹੈ ਚੈਕਿੰਗ ਵਗੈਰਾ ਸੀ ਇਹ ਕਰਦੇ ਹਾਂ, ਉਹਦੇ ਤਹਿਤ ਮਤਲਬ ਕਿ ਚੈਕਿੰਗ ਕਰ ਰਹੀ ਸੀ ਰਾਤ ਫੋਰਸ ਦੇ ਦੌਰਾਨ, ਜਿਹੜੀ ਆ ਕਰੀਬ 22 ਕਿਲੋਗ੍ਰਾਮ ਜਿਹੜਾ ਸੋਨਾ ਸਾਨੂੰ ਇੱਕ ਬੈਗ 'ਚੋਂ ਮਿਲਿਆ ਸੀਗਾ। ਪਰ ਜਦ ਮਤਲਬ ਕਿ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ, ਉਹਨਾਂ ਨੇ ਸਾਨੂੰ ਕੁਝ ਪੇਪਰ ਪੇਸ਼ ਕੀਤੇ। ਪੇਪਰ ਪੇਸ਼ ਕਰਨ ਤੋਂ ਬਾਅਦ ਫਿਰ ਅਸੀਂ ਮੋਬਾਈਲ ਵਿੰਗ ਜਿਹੜਾ ਹੈਗਾ ਸੇਲ ਟੈਕਸ ਫਤਿਹਗੜ੍ਹ ਸਾਹਿਬ, ਉਹਨਾਂ ਨਾਲ ਸੰਪਰਕ ਕੀਤਾ। ਉਹਨਾਂ ਦੇ ਅਫੀਸਰ ਜਿਹੜੇ ਅਸੀਂ ਬੁਲਾਏ, ਉਹਨਾਂ ਨੂੰ ਅਸੀਂ ਸਾਰੀ ਚੀਜ਼ ਹੈਂਡ ਓਵਰ ਕਰਕੇ ਵੈਰੀਫਾਈ ਕਰਨ ਨੂੰ ਦਿੱਤੇ ਆ। ਅਸੀਂ ਥੋੜ੍ਹਾ ਜਿਹਾ ਸਿਕਿਉਰਟੀ ਰੀਜ਼ਨ ਕਰਕੇ ਫਰਮ ਨੂੰ ਥੋੜ੍ਹਾ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ, ਮਤਲਬ ਲੁਧਿਆਣਾ ਤੋਂ ਪਾਰਟੀ ਸੀ ਐਕਚੁਅਲੀ।